खोजीपुर जेड़ा पिंड सी अपना मां ओदे नाल लगदे पिंड केड़े सन एक कादर चक ही ने कादर चक ते एक सूबे चक जेड़े कोट आए ने उथे अच्छा कादर चक ते सूबे चक ते नाल ही एक काला दूर है ना ऐक केड़ी जेड़ी है साडे आई आंदी सियालकोट वाली अच्छा नाला ऐक नाल नाल ही पिंड सा है ना लागी पिंड ते ब्राह्मणा दे घर है सन तुसी सानू दसदे रहंदे सारा पिंड जेड़ा ब्राह्मणा दा है अच्छा सिर्फ पांच घर गुजरा दे ते एक दो घर मलवाने दा सी समझ गया पैसे ढेले आला चौधरी टाइप बंदा सी जदों जाना ना सारे बच्चे ने पैसे दे के जाना ना ते अम्मा खोजीपुर जेड़ा पिंड तेनू ओवे दिसदा वे ओहो गलियां ओही घर है ना अज वी खड़े ना नाल अच्छा ਮੈਨੂੰ ਉਸ ਗਲੀ ਚ ਬਾੜ ਛੜੇ ਨਾ ਹਾਂ ਮੈਂ ਤੁਹਾਡੇ ਪਿੰਡ ਦੀ ਗਲੀ ਅੱਛਾ ਫਿਰ ਮੈਂ ਉਸ ਗਲੀ ਗਲੀ ਫਿਰ ਅੱਗੋਂ ਇਹਨਾਂ ਦੀ ਗਲੀ ਆ ਜਾਂਦੀ ਮਲਵਾਣੀਆਂ ਦੀ ਅੱਛਾ ਮਲਵਾਣੀਆਂ ਦੇ ਅੱਗੇ ਫਿਰ ਇਹਨਾਂ ਦੀ ਗਲੀ ਆ ਜਾਂਦੀ ਹੈ ਸਾਡੀ ਆ ਜਿਹੜੀ ਚਮਿਆਰਾਂ ਦੀ ਅੱਛਾ ਨਾਲ ਸਾਡਾ ਘਰ ਹੈ ਅੱਛਾ ਭਾਂਡੇ ਪੇਟੀਆਂ ਕੱਪੜਾ ਕੁੱਪੜੇ ਜੋ ਹੈ ਅੱਛਾ ਅੱਛਾ ਉਹ ਦੁਨੀਆਂ ਜੋਗੇ ਖੜੇ ਉੱਥੇ ਹਾਂਜੀ ਹਾਂਜੀ ਉਹ ਅਸੀਂ ਉੱਥੇ ਦੱਬ ਗਏ ਨਾ ਹਾਂ ਤੇ ਤਾਇਆ ਸਾਡਾ ਸਾਨੂੰ ਛੱਡ ਆਇਆ ਜਾ ਉੱਥੇ ਕਿੱਥੇ ਭਲਾ ਉਸੇ ਜਿੰਦੜੇ ਜਿੰਦੜੇ ਦੁਨੀਆ ਬੜੀ ਸੀ ਨਾਲੇ ਤੈਨੂੰ ਪਤਾ ਨਾਲੇ ਹਨੇਰੀ ਰਾਤ ਹੋਰ ਅੱਖਾਂ ਮੈਂ ਵੇਖਿਆ ਜਿਹੜੇ ਬਾਂਹ ਨੂੰ ਗੋਲੀ ਵੱਜੀ ਅੱਛਾ ਆਏ ਮੈਂ ਮਰ ਗਿਆ ਮੈਂ ਰੜਾਉਂਦੀ ਹਾਂ ਮੇਰੀ ਅੰਮਾ ਮੇਰੀ ਅੰਮਾ ਮੇਰੀ ਅੰਮਾ ਉਹ ਸਾਰੇ ਆਖ ਨੂੰ ਅੰਮਾ ਨੀ ਲੱਭਦੀ ਸੀ ਫਿਰ ਉੱਥੇ ਰਹੇ ਅਸੀਂ 15 ਦਿਨ ਜਿੰਨੇ ਦਿਨ ਉਹਨਾਂ ਕੋਲ ਮੀਰਾ ਸਾਹਿਬ ਹਾਂ ਮੀਰਾ ਸਾਹਿਬ ਅੱਛਾ ਇਹ ਸਤਵਾਰੀ ਸਨ ਤੁਹਾਡੇ ਜੀ ਅੱਛਾ ਅਸੀਂ ਮੀਰਾ ਸਾਹਿਬ ਠੀਕ ਹੈ ਫਿਰ ਆਖਾਂਗੇ ਜਿਹੜੇ ਵਿੱਚ ਬੰਦੇ ਮਰੇ ਨਾ ਇਹਨਾਂ ਨੂੰ ਕੱਢੋ ਬਾਹਰ ਅੱਛਾ ਫਿਰ ਚਾਦਰਾਂ 'ਚ ਪਾ ਪਾ ਕੇ ਨਾ ਲੋਕਾਂ ਨੇ ਫਿਰ ਉਹ ਬਾਹਰ ਕੱਢੇ ਬਹੁਤ ਛੁੱਟ ਪੈਂਦੇ ਫਿਰ ਉਹ ਕਹਿੰਦੇ ਟੋਇਆਂ 'ਚ ਵਿਚਾਰੇ ਸੁੱਟੀ ਫਿਰ ਕੁਹਾੜੀਆਂ ਨਾਲ ਟੋਕੀਆਂ ਨਾਲ ਬੱਚੇ ਨਹਿਰ 'ਚ ਸੁੱਟਣੇ ਨੇ ਅੱਛਾ ਜੇ ਬੁੱਢੀਆਂ ਬੰਦਿਆਂ ਨਾਲ ਡਰਦੀਆਂ ਫਿਰ ਬੁੱਢੀ ਫੜ ਲੈਣੀ ਉਹਨਾਂ ਨਹਿਰ 'ਚ ਸੁੱਟ ਛੱਡਣੀ ਫਿਰ ਅੰਜ ਬੱਚਿਆਂ ਦੇ ਅੰਜ ਬਲਮਾ ਮਾਰਦੇ ਓਏ ਹੋਏ ਉਹ ਫਿਰ ਟੂਮਾਂ ਮਿਆਣਗੇ ਆਪਣੇ ਭਰਾ ਨੇ ਦਿੱਤੀਆਂ ਸੀ ਇੱਥੇ ਕੱਪ ਉਹ ਸੀ ਸਕੀਨਾ ਬੀਬੀ ਆਪਣਾ ਨਾਂ ਅੱਬੇ ਦਾ ਨਾਂ ਕੀ ਸੀ ਅੱਬੇ ਦਾ ਉਮਰਦੀਨ ਦੱਸਿਆ ਉਮਰਦੀਨ ਠੀਕ ਹੈ ਤੇ ਅੰਮਾ ਦਾ ਨਾਂ ਚਿਰਾਗ ਵੀ ਚਿਰਾਗ ਵੀ रंग भी मतलब ऐदा ही है गोरा चिट्टा बग्गा बड़ी गोरी अच्छा ते नानके किथे सन अपने नानके मीन 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 अच्छा अच्छा नानके मीन सन जिथों ਜਿਥੋਂ ਦੇ ਮੇਰੇ ਬਾਬੇ ਹੈ ਨਾ ਉੱਠ ਗਿਆ ਪਿੰਡ ਸੀ ਅੰਮਾ ਆਪਣਾ ਖੋਜੀਪੁਰ ਖੋਜੀਪੁਰ ਜ਼ਿਲ੍ਹਾ ਜੰਮੂ ਹੀ ਹਾਂ ਜ਼ਿਲ੍ਹਾ ਜੰਮੂ ਹੀ ਹੋਣਾ ਅੱਛਾ ਤਹਿਸੀਲ ਸਾਂਬਾ ਨਹੀਂ ਜ਼ਿਲ੍ਹਾ ਜੰਮੂ ਤੇ ਤਹਿਸੀਲ ਸਾਂਬਾ ਹਾਂ ਥਾਣਾ ਨਵਾਂ ਸ਼ਹਿਰ ਥਾਣਾ ਤੁਹਾਡਾ ਸੀ ਨਵਾਂ ਸ਼ਹਿਰ ਤੇ ਖੋਜੀਪੁਰ ਜਿਹੜਾ ਪਿੰਡ ਸੀ ਆਪਣਾ ਅੰਮਾ ਉਹਦੇ ਨਾਲ ਲੱਗਦੇ ਪਿੰਡ ਕਿਹੜੇ ਸਨ ਇੱਕ ਕਾਦਰ ਚੱਕ ਹੀ ਨੇ ਕਾਦਰ ਚੱਕ ਤੇ ਇੱਕ ਸੂਬੇ ਚੱਕ ਜਿਹੜੇ ਕੋਟ ਆਏ ਨੇ ਉੱਥੇ ਅੱਛਾ ਕਾਦਰ ਚੱਕ ਤੇ ਸੂਬੇ ਚੱਕ ਤੇ ਨਾਲ ਹੀ ਐਕ ਅੱਛਾ ਕੋਲੋਂ ਦੀ ਐਕ ਵੀ ਐਕ ਜਿੰਨੀ ਜੇ ਸਾਨੂੰ ਤੂੰ ਕਾਲਾ ਦੂਰ ਹੈ ਨਾ ਐਕ ਕਿਹੜੀ ਜਿਹੜੀ ਹੈ ਸਾਡੇ ਆਈ ਆਂਦੀ ਸਿਆਲਕੋਟ ਵਾਲੀ ਅੱਛਾ ਨਾਲਾ ਐਕ ਹਾਂ ਇਹ ਐਕ ਅੱਛਾ ਅੱਛਾ ਇਹ ਤੁਹਾਡੇ ਪਿੰਡ ਖੋਜੀਪੁਰ ਤੋਂ ਕਿੰਨੀ ਦੂਰ ਸੀ ਐਕ ਵਗਦੀ ਨਹੀਂ ਹੀ ਜਿੰਨੀ ਤੂੰ ਬਿਜੀਆ ਲਾਲਾ ਬਿਦੀਏ ਬਿਦੀਏ ਪਿੰਡ ਤੱਕ ਕੱਪੜੇ ਧੋਣ ਜਾਂਦੇ ਸੀ ਜੰਗਰ ਬੱਚਾ ਪਾਣੀ ਸਾਰਾ ਹਾਂ ਮਤਲਬ ਕਹਿ ਲਓ ਕੋਈ 4-5 ਕਿੱਲਿਆਂ ਦਾ ਵਾਹ ਆ ਸੀ ਹਨਾ ਹਾਂ ਇੰਨਾ ਹੀ ਆ 5-6 ਕਿੱਲੇ ਲਾਵੇ ਤੇ ਖੋਜੀਪੁਰ ਤੋਂ ਕਿਹੜੇ ਹੱਥ ਵਗਦੀ ਸੀ ਐ ਪਹਾੜ ਬੰਨੇ ਦੱਖਣ ਬੰਨੇ ਪਹਾੜ ਪਹਾੜ ਪਾਸੇ ਨੂੰ ਠੀਕ ਠੀਕ ਉੱਥੋਂ ਟੱਪ ਕੇ ਫਿਰ ਖੋਵਾਂਗਾ ਟੁਰ ਜਾਂਦੇ ਤੁਹਾਡੇ ਪਿੰਡ ਅੱਛਾ ਅੱਛਾ ਮੇਰੇ ਨਾਨਕੇ ਜੀ ਠੀਕ ਤੇ ਖੋਜੀਪੁਰ ਨੂੰ ਮਾ ਉਸ ਵੇਲੇ ਸ਼ਹਿਰ ਕਿਹੜਾ ਲੱਗਦਾ ਸੀ ਮਤਲਬ ਜਦੋਂ ਕੋਈ ਵਿਆਹ ਸ਼ਾਦੀ ਆ ਜਾਣੀ ਤੇ ਤੁਸੀਂ ਉੱਥੇ ਖਰੀਦੋ ਫਰੋਖਤ ਕਿੱਥੋਂ ਕੱਪੜਾ ਮੈਨੂੰ ਨਹੀਂ ਪਤਾ ਖੈਰੀ ਵੀ ਨਾਲ ਆਈ ਪਿੰਡ ਖੈਰੀ ਪਿੰਡ ਵੀ ਸੀ
नहीं मतलब जेड़े पिंड बाजार सन दुकाना दुकाना कपड़ा कुपड़ा लभ जांदा सी खैरी ही किन्नी उम्र सी अपनी अच्छा मतलब उस वे खैरी मेरी सी सही सी जिदा मुंडा खुंडा है ना सही दौरान लेखा अच्छा 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 ठीक हां जी ये बलोच हुंदा गोर हां अच्छा तो मेरी भैन ही दा रसूला है रसूला तुहाडे तो छोटी ही ओ निक्की जे जेड़ी मगर रह कुछड़ कुछड़ जिन्नू कसी आपा कहने हां अच्छा एक भैन मेरी जीना ही जेड़ी इधर आके मर गई ओ मुझे बड़ी ही ना सारे अच्छा सब तो बड़ी सी हां वो मर गई ठीक ठीक अच्छा अच्छा तो अम्मा घर अपना वड्डा सी घर इको ही बसार दिन दसया अच्छा ते अगे बाबा ही बरांडा जिया जे इना का ठीक है जाके सकर उठे चोल चाल बनाई हुंदी है ठीक है ते इथे नाल निकी जे ही नाल ठीक है जेड़ा ही बाबा वड्डा ठीक है वड्डा बुआ लगा ही ऊठ नंग दे सन तोडे हां हो ऊठ अंदर रखे सर अच्छा अच्छा नहीं रखे बड़ी उची खुरली साडे बेले ठीक है ते जेड़े तोडे वाल साहब सन मतलब तोडे अब्बा जी ओ की काम का सी इना दा बकरियां चारदा है बकरियां पे ओ साडा किन्ना गमा रखया सी वावा है 18-20 बकरी अच्छा अच्छा ओ बकरियां चारदा ही ते जेड़ा ताया साडा ये प्यारी पूरी बांदा है अच्छा भाई ज्योति करदे हां ठीक जेड़ा पिंड खोजीपुर सी ओदे विच मुसलमान भी वसदे सन ते हिंदू लोग भी आए सन आहो अच्छा तुम दसया वो 5-6 घर सन गुजरां दे अच्छा मुसलमान गुजरां दे हां मुसलमान साडे अपने अच्छा ते बस जी फूफियां ही दो त्रै उथे ठीक है ते बाकी दे इक घर तेलियां दा ही अच्छा ते त्रै घर ही मलवाणियां दे हां ठीक है ਤੇ ਬਾਕੀ ਦੇ ਸਾਡੇ ਜਿਹੜੇ ਗੁਜਰ ਨਾ ਸਾਡਾ ਜਿਹੜਾ ਘਰ ਹੀ ਨਾ ਉਹ ਕੱਲਾ ਹੀ ਇਹ ਗਲੀ ਜਾਂਦੀ ਹੈ ਨਾ ਮਸਜਿਦ ਨੂੰ ਅੱਛਾ ਦੱਖਣਾ ਦੇ ਪਾਸੇ ਮਸਜਿਦ ਜਿੱਦਾਂ ਦੇ ਫਰੀਦਾਂ ਦੇ ਸਹੁਰੇ ਨੇ ਅੱਛਾ ਉੱਧਰ ਮਸਜਿਦ ਨੂੰ ਜਾਂਦੀ ਸੀ ਗਲੀ ਇਹ ਜਿਹੜਾ ਸੂਬੇ ਚੱਕ ਨੂੰ ਰਾਹ ਜਾਂਦਾ ਸੀ ਤੇ ਅੱਗੋਂ ਨਾਲ ਕਾਦਰੀ ਚੱਕ ਅੱਛਾ ਨਾਲ ਨਾਲ ਹੀ ਪਿੰਡ ਸਾ ਹੈ ਨਾ ਲਾਗੀ ਪਿੰਡ ਦਾ ਤੇ ਬਾਹਮਣਾ ਦੇ ਵੀ ਘਰ ਆਇਆ ਸਾਂ ਤੁਸੀਂ ਸਾਨੂੰ ਦੱਸਦੇ ਰਹਿੰਦੇ ਸਾਰਾ ਪਿੰਡ ਜਿਹੜਾ ਬਾਹਮਣਾ ਦਾ ਸੀ ਅੱਛਾ ਸਿਰਫ 5 ਘਰ ਗੁਜਰਾਂ ਦੇ ਸਾਡੇ ਇੱਕ ਦੋ ਘਰ ਮਲਵਾਣਿਆ ਦਾ ਸੀ ਰਾਜਾ ਤੇ ਮੈਂ ਗਿਰਨ ਦਾ ਸ਼ਨ ਹਾਂ ਇੱਕ ਉਹਦਾ ਖਾਦੂ ਦੀ ਮਾਂ ਦਾ ਘਰ ਸੀ ਅੱਛਾ ਇੱਕ ਮੁਨਚੀ ਹੋਰਾਂ ਦਾ ਇੱਕ ਤੇਲੀਆਂ ਦਾ ਸੀ ਇੱਕ ਅੱਗੇ ਇਹਨਾਂ ਦਾ ਸੀ ਪੂਰਾ ਪਟਵਾਰੀ ਦਾ ਘਰ ਸੀ ਅੱਛਾ ਇੱਕ ਦੋ ਇਹ ਫੁੱਫੀਆਂ ਸੀ ਗਲਾਂ ਵਾਸਦੀਆਂ ਜਿਹੜਾ ਮੁੰਡਾ ਕੋਟਾ ਦਾ ਅੱਛਾ ਬਾਸ ਤੇ ਅੱਗੇ ਇੱਕ ਹੋਰ ਸੀ ਘਰ ਉਹਦਾ ਨਾਮ ਹੈ ਜਮਾਲ ਹੀ ਉਸ ਬੰਦੇ ਦਾ ਜਮਾਲਦੀਨ ਹੋਏਗਾ ਹਾਂ ਇਹ ਹੋਈ ਹੋਣਾ ਮੈਨੂੰ ਪਤਾ ਨਹੀਂ ਤੇ ਉਹ ਬੁੱਢੀ ਉਹਦੀ ਇੱਧਰ ਹੀ ਮਰੀ ਜਾਣਗੇ ਤੇ ਆਪੇ ਵਿਚਾਰੇ ਉੱਧਰ ਹੀ ਮਰ ਗਏ ਠੀਕ ਅੱਗੇ ਫਿਰ ਨਾਲ ਚਮਿਆਰਾਂ ਦੀ ਗਲੀ ਹੈ ਅੱਛਾ ਚਮਿਆਰ ਵੀ ਆਇਆ ਸੀ ਹਾਂ 3-4 ਘਰ ਚਮਿਆਰਾਂ ਦੇ ਅੱਛਾ ਅੱਛਾ ਉਹਨੇ ਸਾਨੂੰ ਦੱਸਿਆ ਸੀ ਜੋ ਦੇਰ ਨੂੰ ਗਏ ਸਨ ਤੇ ਜੰਗ ਲੱਗ ਜਾਣਾ ਅੱਛਾ ਉਹ ਚਮਿਆਰ ਇੱਥੋਂ ਸਿਆਲਕੋਟ ਕੋਲ ਜਿਹੜਾ ਪਿੰਡ ਜੋਧੇਵਾਲੀ ਹੈ ਉੱਥੋਂ ਉੱਠ ਕੇ ਉੱਥੇ ਗਏ ਸਨ ਉੱਥੇ ਗਏ ਉਹਨਾਂ ਦਾ ਤੇ ਰਿਸ਼ਤੇਦਾਰ ਵੀ ਹਾਂ ਇਹ ਚਮਿਆਰਾਂ ਦੀ ਗਲੀ ਹੈ ਹਾਂ ਇਹ ਨਾਲ ਸਾਡਾ ਘਰ ਹੈ ਅੱਛਾ ਅੱਛਾ ਇਹ ਇਧਰ ਨੂੰ ਜਾਂਦਾ ਜਦੋਂ ਐ ਕਾਲੇ ਦਾ ਅਸੀਂ ਜਾਂਦੇ ਅੱਛਾ ਉੱਥੇ ਗੋਇਆ ਗਾਇਆ ਪਸ ਜਾਂਦੇ ਹਾਂ ਨਾਲ ਇਹਦੇ ਨਾਲ ਹੀ ਸਾਡੀ ਬੇਲੀ ਹੈ ਜਿਹੜਾ ਤਾਇਆ ਸਾਡਾ ਵੱਖ ਹੋਇਆ ਸੀ ਨਾ ਠੀਕ ਹੈ ਉਹਦੀ ਬੇਲੀ ਹੈ ਸ਼ਾਬਦੀ ਅੱਛਾ ਨਾਲ ਇਹ ਸੂਬੇ ਚੱਕ ਨੂੰ ਰਾਹ ਜਾਂਦਾ ਇਹ ਸਦੀਕ ਹੋਰਾਂ ਦੇ ਘਰ ਨੂੰ ਜਾਂਦਾ ਲਤੀਫ ਹੋਰਾਂ ਦੇ ਇਹ ਜਿਹੜਾ ਅੱਗੇ ਨਾ ਘਰ ਇੱਕ ਬੜਾ ਵੱਡਾ ਕੋਈ ਬਾਹਮਣ ਹੀ ਅੱਛਾ ਨਾਂ ਨੂੰ ਨਹੀਂ ਪਤਾ ਮੈਨੂੰ ਅੱਛਾ ਉਹ ਜੋ ਅੱਜ ਕੱਲ ਇੱਥੇ ਟੋਰ ਆਉਂਦਾ ਹੈ ਅੱਛਾ ਗਰਮੀਆਂ ਨੂੰ ਇੱਥੇ ਆ ਜਾਣਾ ਕਰਨਾ ਇਹ ਆਪਣਾ ਇੱਧਰ ਸਿਆਲ ਨੂੰ ਇੱਥੇ ਆ ਜਾਣਾ ਕਰਨਾ ਸਿਆਲਕੋਟ
ਨਹੀਂ ਸਾਡੇ ਪਿੰਡ ਅੱਛਾ ਆਪਣਾ ਖੋਜੀਪੁਰ ਅੱਛਾ ਤੇ ਫਿਰ ਉਹਨੇ ਸੋਚ ਜਾਣਾ ਕਸ਼ਮੀਰ ਦੋ ਬੁੱਢੀਆਂ ਹੀ ਉਹਦੀਆਂ ਅੱਛਾ ਤੇ ਮੁੰਡਾ ਘਰ ਇੱਕ ਦੋ ਹੈ ਉਹਨਾਂ ਦਾ ਖੂਹ ਹੀ ਨਾਲ ਬੂਹੇ ਦੇ ਨਾਲ ਖੂਹ ਅੱਛਾ ਉੱਥੋਂ ਅਸੀਂ ਪਾਣੀ ਲਿਆਉਂਦੇ ਹੁੰਦੇ ਹਾਂ ਅੱਛਾ ਹੈ ਨਾਲ ਉਹਨਾਂ ਦਾ ਘਰ ਹੀ ਨਾਲ ਬਾਗ ਬੂਗ ਲੱਗਾ ਹੈ ਠੀਕ ਹੈ ਉਹਦਾ ਮੈਨੂੰ ਨਾਂ ਦਾ ਨਹੀਂ ਪਤਾ ਅੱਛਾ ਨਾ ਤੇ ਅਮਾ ਉਹ ਮਨਾ ਨਹੀਂ ਸੀ ਕਰਦਾ ਮੁਸਲਮਾਨਾਂ ਨੂੰ ਬਾਹਮਣ ਪਤਾ ਨਾ ਉਦੋਂ ਉਹਨਾਂ ਦੇ ਹੱਥ ਦਾ ਨਹੀਂ ਖਾਂਦੇ ਪੀਂਦੇ ਚੋਕਾ ਆਉਂਦੇ ਨੇ ਪਿੱਟ ਜਾਂਦਾ ਵੀ ਇਸ ਤਰ੍ਹਾਂ ਤੇ ਤੁਸੀਂ ਉਹਨੂੰ ਪਾਣੀ ਪੀ ਪੂ ਲੈਂਦੇ ਸੀ ਉੱਥੋਂ ਅਸੀਂ ਖੂਹ 'ਚ ਪਾਣੀ ਕੱਢ ਲੈਂਦੇ ਅੱਛਾ ਅੱਛਾ ਉਹ ਕੁਝ ਨਹੀਂ ਸੀ ਆਖਦਾ ਬੰਦਾ ਇਹਦਾ ਮਤਲਬ ਸਹੀ ਸੀ ਚੰਗਾ ਸੀ ਉਹ ਬਹੁਤ ਵੱਡਾ ਬੰਦਾ ਸੀ ਸਮਝ ਗਿਆ ਪੈਸੇ ਢੇਲੇ ਵਾਲਾ ਚੌਧਰੀ ਟਾਈਪ ਬੰਦਾ ਸੀ ਜਦੋਂ ਉਹਨੇ ਜਾਣਾ ਨਾ ਸਾਰੇ ਬੱਚੇ ਨੂੰ ਪੈਸੇ ਦੇ ਕੇ ਜਾਣਾ ਬਾਰੀ 'ਚ ਖਲੋਣਾ ਠੀਕ ਹੈ ਸਾਰੇ ਬੱਚੇ ਨੂੰ ਆਖਣਾ ਲਓ ਪੈਸੇ ਦੇਣੇ ਉਦੋਂ ਪੈਸਾ ਧੇਲਾ ਜੀ ਜੀ ਤੇ ਜਦੋਂ ਉਧਰੋਂ ਆਉਣਾ ਨਾ ਉਹਨੂੰ ਖਰੋਟ ਲੈ ਕੇ ਆਉਣਾ ਕਸ਼ਮੀਰ ਵੱਲੋਂ ਖਰੋਟ ਬਦਾਮ ਖੁਸ਼ਕ ਮੇਵੇ ਹਾਂ ਸਾਰੇ ਫਿਰ ਨਿਆਣੇ ਆਉਂਦੇ ਨੇ ਇਹ ਮੈਨੂੰ ਪਤਾ ਹੈ ਅੱਛਾ ਅੱਛਾ ਮਾਸਟਰ ਉਹਨੂੰ ਆਖਦੇ ਸਨ ਕਦੇ ਕੀ ਨਾਂ ਨਹੀਂ ਆਉਂਦਾ ਉਹਨੂੰ ਬਾਹਮਣ ਨੂੰ ਪਹਿਲੀ ਮਤਲਬ ਇਹ ਗੱਲ ਅਸੀਂ ਕਰ ਸਕਦੇ ਹਾਂ ਕਿ ਜਿਹੜੇ ਉਹ ਜਿਹੜਾ ਬਾਹਮਣ ਸੀ ਨਾ ਉਹ ਪਿੰਡ ਖੋਜੀਪੁਰ ਦਾ ਇੱਕ ਤਰੀਕੇ ਦਾ ਨੰਬਰਦਾਰ ਵੀ ਕਹਿ ਲੋ ਹੈਨਾ ਮਤਲਬ ਚੌਧਰੀ ਬੰਦਾ ਉਹ ਜਿਹੜੇ ਲੰਬੜ ਸਨ ਉਹ ਬਾਹਮਣ ਸਨ ਉਹ ਵੀ ਬਾਹਮਣ ਅੱਛਾ 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 ਉਹਨਾਂ ਦਾ ਉਧਰ ਹੀ ਘਰ ਬਣਿਆ ਇਹ ਵੱਡਾ ਕੋਈ ਜਿਵੇਂ ਅਫਸਰ ਨਹੀਂ ਵੱਡਾ ਹੁੰਦਾ ਮੈਂ ਸਮਝ ਗਿਆ ਠੀਕ ਨਾ ਚੇਤੇ ਨੀ ਨਾ ਰੇ ਆਪਣਾ ਪਰਾਇ ਸੰਭਾਲ ਹੈ ਨਾ ਤੇ ਅੰਮਾ ਖੋਜੀਪੁਰ ਜਿਹੜਾ ਪਿੰਡ ਤੈਨੂੰ ਉਵੇਂ ਦਿਸਦਾ ਵੇ ਉਹ ਗਲੀਆਂ ਉਹ ਹੀ ਘਰ ਹੈ ਨਾ ਅੱਜ ਵੀ ਖੜੇ ਨਾ ਨਾਲ ਅੱਛਾ ਮੈਨੂੰ ਉਸ ਗਲੀ ਚ ਬਾੜ ਛੜੇ ਨਾ ਮੈਂ ਤੁਹਾਡੇ ਪਿੰਡ ਦੀ ਗਲੀ ਅੱਛਾ ਫਿਰ ਮੈਂ ਉਸ ਗਲੀ ਗਲੀ ਫਿਰ ਅੱਗੋਂ ਇਹਨਾਂ ਦੀ ਗਲੀ ਆ ਜਾਂਦੀ ਮਲਵਾਣਿਆਂ ਦੀ ਅੱਛਾ ਮਲਵਾਣੇ ਦੇ ਅੱਗੇ ਫਿਰ ਇਹਨਾਂ ਦੀ ਗਲੀ ਆ ਜਾਂਦੀ ਹੈ ਸਾਡੀ ਆ ਜਿਹੜੀ ਚਮਿਆਰਾਂ ਦੀ ਅੱਛਾ ਨਾਲ ਸਾਡਾ ਘਰ ਹੈ ਅੱਛਾ ਇਹ ਗਲੀ ਜਾਂਦੀ ਹੈ ਹੁਣ ਇਹ ਗਲੀ ਤਾਂ ਨਹੀਂ ਨਾ ਕਿਸੇ ਨੂੰ ਪੁੱਟ ਪੱਟ ਲਈ ਹਾਂ ਗਲੀਆਂ ਤੇ ਉਹ ਹੀ ਨਾ ਇਹ ਘਰ ਸਾਡਾ ਤੇ ਇਹ ਨਾਲ ਹੀ ਗਲੀ ਤੇ ਨਾਲ ਪਿਆਲੀਆਂ ਉਸੇ ਦੇ ਹੀ ਠੀਕ ਭਾਈ ਦੀਆਂ ਠੀਕ ਇੱਕ ਗੱਲ ਹੁਣ ਹੋਰ ਦੱਸੋ ਮੈਨੂੰ ਖੋਜੀਪੁਰ ਜਿਹੜਾ ਪਿੰਡ ਸੀ ਉਹ ਮਸਜਿਦ ਹੈ ਸੀ ਉੱਥੇ ਦਾਰੀ ਬਾਤ ਹਕੂਮਤ ਸਾਰੀ ਉੱਥੇ ਹਿੰਦੂਆਂ ਦੀ ਸੀ ਮੰਦਰ ਮੁੰਦਰ ਵੀ ਹੋਏਗਾ ਮੰਦਰ ਮੰਦਰ ਮੁੰਦਰ ਕੋਈ ਨੀ ਤੇ ਕਿੱਥੇ ਜਾਂਦੇ ਹਾਂ ਫਿਰ ਹਿੰਦੂ ਲੋਕ ਆਪਣੀ ਬਹਾਦਰੀ ਕਰਨ ਨਾਲ ਕਿਸੇ ਪਿੰਡ ਅੱਛਾ ਅੱਛਾ ਜਾਂ ਫਿਰ ਘਰੋ ਘਰੀ ਕਰਦੇ ਹੋਣੇ ਹਨਾ ਹਾਂ ਮੰਦਰਾਂ ਨਹੀਂ ਸਾਡੇ ਪਿੰਡ ਕੋਈ ਠੀਕ ਮੇਲਾ ਕੋਈ ਮਸ਼ਹੂਰ ਲੱਗਦਾ ਸੀ ਆਪਣੇ ਪਿੰਡ ਚ ਜਾਂ ਕਿਸੇ ਨਾਲ ਲੱਗਦੇ ਪਿੰਡ ਨਹੀਂ ਇੱਥੇ ਲੱਗਦਾ ਸੀ ਚੰਬਲਿਆਲ ਇੱਥੇ ਆਉਂਦੇ ਸੀ ਬੱਲੇ 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 ਅੱਛਾ ਉਹ ਚੰਬਲਿਆਲ ਕਿੰਨਾ ਸੀ ਭਲਾ ਖੋਜੀਪੁਰ ਤੋਂ ਸਾਡੇ ਕੋਲ ਕੋਈ ਟੁਰ ਕੇ ਆਉਂਦੇ ਸਾਂ ਸੀ ਅੱਛਾ ਮੈਂ ਆਪੇ ਆਈ ਹਾਂ ਇੱਕ ਵਾਰੀ ਇੱਥੇ ਕਿਹਦੇ ਨਾਲ ਮਾਂ ਨਾਲ ਜਾਂ ਅੱਬੇ ਨਾਲ ਮੇਰੀ ਮਾਸੀ ਕਾਕੂ ਦੀ ਮਾਂ ਵਾਹ ਨਾਲ ਭੈਣ ਸਾਡੀ ਇਹ ਸਾਰੀਆਂ ਹੁੰਦੀਆਂ ਸੀ ਉੱਥੇ ਅੱਛਾ ਤੇ ਕਿੰਨਾ ਕੁ ਟਾਈਮ ਲੱਗ ਗਿਆ ਹੈਗਾ ਜਦੋਂ ਤੁਸੀਂ ਟੁਰੇ ਹੋਣੇ ਸਵੇਰੇ ਟੁਰਦੇ ਸੀ ਹਾਂ ਤੇ ਬਾਬਾ ਸ਼ਾਹ ਵੇਲੇ ਦੁਪਹਿਰਾਂ ਲੈ ਆ ਜਾਂਦੇ ਸੀ ਮਤਲਬ ਕੋ 12 1 ਵੇ ਨਾਲ ਪਹੁੰਚ ਜਾਂਦੇ ਹੋ ਹਾਂ ਟੁਰ ਗਏ ਆਉਣਾ ਬੱਲੇ ਬੱਲੇ ਵਿੱਚ ਇਹਦਾ ਮਤਲਬ ਤਾਇਆ ਤੁਹਾਡੇ ਹੋਸ਼ ਚ ਉੱਥੇ ਪੂਰਾ ਹੋ ਗਿਆ ਤਾਇਆ ਸਾਡਾ ਉੱਥੇ ਫੋਤ ਹੋ ਗਏ ਤੇ ਦੂਜਿਆ ਜਿਹੜਾ ਮੇਰਾ ਪਿਓ ਤੇ ਦੂਜਾ ਸੀ ਨਾ ਕਾਕੂ ਦਾ ਅੱਬਾ ਇਹ ਵਿਚਾਰੇ ਇੱਥੇ ਕਾਲੇ ਸਾਹਿਬ ਮਰੇ ਚਲੋ ਇਹ ਵੀ ਗੱਲ ਕਰਨੇ ਅਮਾ ਕੋਈ ਵਿਆਹ ਸ਼ਿਆ ਵੀ ਖਾਦਾ ਉਹ ਤੋਂ ਉੱਥੇ ਰਿਆਸਤ ਚ ਆਪਣੇ ਖੋਜੀਪੁਰ ਕੋਈ ਹੋਰ ਸੰਭਾਲ ਹੈ ਕਿਸੇ ਦਾ ਵਿਆਹ ਵਿਆਹ ਵੀ ਨਹੀਂ ਠੀਕ ਹੈ ਵਿਆਹ ਵੀ ਦਾ ਨਹੀਂ ਪਤਾ ਠੀਕ ਤੇ ਤੁਸੀਂ ਦੱਸਿਆ ਕਿ ਮੇਰਾ ਭਾਈ ਸੀ ਵੱਡਾ ਸਾਡੀ ਮਤਲਬ ਸਾਡੀਆਂ ਭੈਣਾਂ ਤੋਂ ਵੱਡਾ ਭਾਈ ਸੀ ਜਿੱਦਾਂ ਸ਼ਹੀਦ ਹੋਰੀ ਨੇ
ਤੇ ਸਕੂਲ ਜਾਂਦਾ ਸੀ ਉਹ ਜਾਂ ਕੀ ਕਰਦਾ ਸੀ? ਪੜਦਾ ਹੀ ਇਹ ਵੀ ਮੁੰਸ਼ੀ ਖਬਰ ਪਹੁੰਚੀ ਮਤਲਬ ਇੱਕ ਵਕਤ ਐਸਾ ਆਣਾ ਵਾ ਕਿ ਸਾਡਾ ਦੇਸ਼ ਨਹੀਂ ਰਹਿਣਾ, ਘਰ ਬੁਆ ਸਾਨੂੰ ਛੱਡ ਕੇ ਜਾਣਾ ਪੈਣਾ? ਐਡੇ ਜੋਧੇ ਵਾਲੀ ਦੇ ਚਮਾਰ ਦੱਸਿਆ ਜੋਧੇ ਵਾਲੀ ਜਿਹੜੀ ਉੱਠ ਕੇ ਗਏ ਭਾਈ ਆਪਣਾ ਬਿਲਾ ਕਰ ਲਵੋ ਇਹ ਵਕਤ ਆਉਣ ਵਾਲਾ ਜੇ। ਅੱਛਾ ਫੇਰ ਤੁਸੀਂ ਕੀ ਕੀਤਾ ਤੁਹਾਡੇ ਮਾਂ ਪਿਓ ਨੇ? ਫੇਰ ਆਹਾਂ ਕੀ ਕੀਤਾ ਆਖ ਲਗੇ ਹੁਣ ਜੀ ਕਿਤੇ ਛੱਡੀ ਨਾਲੇ ਬੱਕਰੀਆਂ। ਅੱਛਾ ਅੱਛਾ ਨਹੀਂ ਤੇ ਮੈਂ ਉਹਨਾਂ ਦਾ ਊਠ ਵੀ ਆਇਆ ਸੀ। ਅੱਛਾ ਭਾਈ ਸਾਡੇ ਦਾ। ਅੱਛਾ ਤੇ ਭਾ ਵੱਡਾ ਬੰਨ ਵਾਲਾ ਬੰਦਾ ਹੁੰਦਾ ਸੀ। ਠੀਕ ਹੈ ਤੇ ਫੇਰ ਆਖਾਂਗੇ ਵੀ ਜਿਹੜੀ ਟਾਂਡਾ ਠੀਕ ਰਹੇ ਤੂੜੀ ਜੇ ਦਾ ਵੀ ਛੱਡੋ। ਅੱਛਾ ਉਹ ਜਿਹਨੇ ਤੂੜੀ ਲਈ ਹੋਏਗੀ ਉਹਨੂੰ ਮਜ਼ਾ ਆ ਗਿਆ। ਹਾਂ ਹਾਂ ਅਸੀਂ ਤੂੜੀ ਚ ਮਾਲ ਵਾਲੇ ਅੰਦਰ ਦਾਬਾ ਏ ਕੀ ਭਲਾ ਪੂਰਾ ਨਾ ਕੀ ਸੀ? ਜਿੰਦੜੇ ਮਹਿਮੂਦਪੁਰ ਜਿੰਦੜਾ ਉੱਥੇ ਸਾਨੂੰ ਛੱਡ ਆਇਆ ਚਾਚੇ ਕੋਲ ਨਹੀਂ ਕਾਕੂ ਦੇ ਨਾਨਕੇ ਸਨ ਉੱਥੇ। ਅੱਛਾ ਅੱਛਾ ਮੇਰੇ ਤਾਏ ਦਾ ਉੱਥੇ ਵਿਆਹ ਆਈ। ਅੱਛਾ ਮਤਲਬ ਤਾਇਆ ਆਪਣੇ ਸਹੁਰੇ ਤੁਹਾਨੂੰ ਚ ਲੈ ਗਿਆ? ਤਾਇਆ ਸਾਡਾ ਤਰਿਆ ਵਾਰੀ ਵਿਆਹ ਆ ਸਾ। ਅੱਛਾ ਅੱਛਾ ਉਹ ਅਮਾ ਉਹ ਉੱਥੇ ਛੱਡਣ ਦੀ ਵਜ੍ਹਾ ਕਿਆ ਵੀ ਹੋ ਸਕਦੀ ਹੈ ਨਾ? ਕੋਈ ਪਿੰਡ ਮੁਸਲਮਾਨਾਂ ਦਾ ਹੈਗਾ ਫਿਰ ਉਹ ਪਿੰਡ ਸਾਰਾ ਮੁਸਲਮਾਨ। ਹਾਂ ਠੀਕ ਠੀਕ ਤਾਂ ਗਏ ਸਾ ਅਸੀਂ ਸਮਝ ਗਿਆ। ਫਿਰ ਉੱਥੇ ਜਿਹੜੇ ਛੱਡ ਨਾ ਅਸੀਂ 10-11 ਦਿਨ ਰਹੇ ਨਾ। ਅੱਛਾ ਉਦੋਂ ਸਵੇਰੇ ਈਦ ਹੀ। ਅੱਛਾ ਜਿੱਦਣ ਅਸੀਂ ਸਾਨੂੰ ਉੱਥੇ ਘਰੋਂ ਕੱਢਿਆ ਨਾ ਠੀਕ ਹੈ ਫਿਰ ਗੋਲੀ ਚੱਲ ਪਈ ਨਾ। ਅੱਛਾ ਜਿੰਦੜੇ ਹਾਂ ਤੇ ਜਿਹੜੇ ਕੋਠੇ ਲੋਕਾਂ ਨੇ ਜਾਈਆਂ ਲੱਗੀਆਂ ਨਹੀਂ ਧਰੀਆਂ ਆਦੇ ਸੀ ਫਿਰ ਫੁਰ ਕੇ ਟੁਰ ਜਾਣਾ ਤੇ ਮਾਲ ਮੂਲ ਅੰਦੂਰ ਕੋਠੇ ਲੈ ਜਾਣੇ। ਉਹ ਫਿਰ ਉਹਨਾਂ ਅੱਗ ਲਾ ਦਿੱਤੀ ਉਹ ਸਮਾਨ ਨੂੰ ਫਿਰ ਗੋਲੀ ਛੱਡ ਦਿੱਤੀ। ਤੇ ਇਹ ਤੁਸੀਂ ਗੱਲ ਸੁਣਾ ਰਹੇ ਹੋ ਆਪਣਾ ਜਿੰਦੜਾ ਮੋਦਪੁਰ। ਅੱਛਾ ਉੱਥੇ ਵੀ ਹਿੰਦੂ ਲੋਕ ਮਤਲਬ ਕਿ ਲੁੱਟ ਕੁੱਟ ਕਰਨ ਵਾਲੇ ਪਹੁੰਚ ਗਏ ਹਾਂ ਮਾਰ ਧਾੜਕ ਕਰਨ ਵਾਲੇ ਅੱਗ ਲਾਈ ਉਹਨਾਂ ਨੇ ਸਮਾਨ ਨੂੰ ਅੱਗ ਗਲਾ ਦਿੱਤੀ। ਅੱਛਾ ਉੱਥੋਂ ਫਿਰ ਜਿਹੜੇ ਲੋਕ ਨੱਸ ਗਏ ਨਾ ਕੋਠਿਆਂ ਤੋਂ ਉਤਰ ਗਏ ਉਹ ਜਿਹੜੀ ਕੁੜੀ ਸੀ ਨਾ ਇੰਨੀ ਕੁ ਸਾਡੀ। ਅੱਛਾ ਉਹ ਝੋਲੀ ਚ ਬਾਹਰ ਨਹੀਂ ਨਿਕਲੀ ਮਾਂ ਮੇਰੀ ਰੰਡੀ ਰੰਡੀ ਯਾਦ ਸੀ ਛੋਟੀ ਨੂੰ। ਅੱਛਾ ਰੰਡੀ ਹੈ ਕਿਤੇ ਦਫਾ ਉਹਦਾ ਨਾਂ ਹੀ ਰੰਡੀ ਪੈ ਗਿਆ। ਅੱਛਾ ਨਾਂ ਦੇ ਰਸੂਲ ਲਾਏ ਉਹਦਾ। ਫਿਰ ਉਹ ਜਿਹੜੇ ਟੂਮਾ ਸੀ ਉਹ ਮੇਰੇ ਹੱਥ ਚ ਫੜਾਈਆਂ ਆਖਲੀ ਤੂੰ ਇੱਥੇ ਬੂਹੇ ਚ ਖਲੋ ਤੇ ਮੈਂ ਉਹਨੂੰ ਰੰਡੀ ਨੂੰ ਲਿਆਵਾਂ ਕੋਠੇ। ਅੱਛਾ ਉਹ ਲੈ ਦੁਨੀਆ ਬੜੀ ਸੀ ਨਾਲੇ ਤੈਨੂੰ ਪਤਾ ਨਾਲੇ ਹਨੇਰੀ ਰਾਤ ਉਹ ਰੱਖਾਂ ਮੈਂ ਵੇਖਿਆ ਜਿਹੜੇ ਬਾਂਹ ਨੂੰ ਗੋਲੀ ਵੱਜੀ। ਅੱਛਾ ਅੱਜ ਮੈਂ ਮਰ ਗਿਆ ਮੈਂ ਤੋ ਮੈਂ ਰੜਾਉਂਦੀ ਹਾਂ ਮੇਰੀ ਅੰਮਾ ਮੇਰੀ ਅੰਮਾ ਮੇਰੀ ਅੰਮਾ ਉਹ ਸਾਰੇ ਆਖਣ ਹੁਣ ਅੰਮਾ ਨਹੀਂ ਲੱਭਦੀ ਤੈਨੂੰ। ਅੱਛਾ ਅੰਮਾ ਹੋਰ ਕਿਤੇ ਡੋਲੀ ਇਹ ਸਾਰੇ ਜੀ ਜਿੰਨੇ ਆਏ ਨਾ ਉਹ ਜੀ ਤਰ੍ਹਾਂ ਦੀਆਂ ਕਬਰਾਂ 'ਚ ਜਾ ਬੈਠੇ। ਅੱਛਾ ਉੱਥੇ ਜਾ ਬੈਠੇ ਜਿਹਦੇ ਨਾ ਬੈਠੇ ਰਹਿੰਦੇ ਤੇ ਰਾਤ ਨੂੰ ਉੱਠਦੇ ਸਾਡੇ ਕਾਕੂ ਦੀ ਮਾਂ ਵੀ ਉਹਦੇ ਦੋ ਭਰਾ ਸਨ ਉਹ ਵੀ ਉੱਥੇ ਮਾਰੇ। ਫਿਰ ਜਿਹੜਾ ਸਾਡਾ ਤਾਇਆ ਸੀ ਜੀ ਨੂੰਹ ਸੀ ਉਹਦਾ ਟੱਬਰ ਉੱਥੇ ਮਾਰਿਆ ਉਹਦੇ ਬੱਚੇ ਉੱਥੇ ਮਾਰੇ। ਫਿਰ ਜਿਹੜੀ ਖਾਦਮ ਦੀ ਮਾਂ ਨਾ ਸਾਰੇ ਜੀ ਹੋਰ ਬੜੇ ਸਨ ਲੋਕਾਂ ਦੇ ਸਾਰੇ ਜੀ ਸਾਡੇ ਉੱਥੇ ਮਾਰੇ ਦਾ ਫਿੰਦੜੀ ਮੂਤਪੁਰ ਜਿੰਦੜੇ ਦੇ ਨਾਲ ਦਾ ਪਿੰਡ ਸੀ ਨਾਲ ਹੀ ਪਿੰਡ ਲੱਗ ਗਏ। ਮੇਰੇ ਉੱਥੇ
ਉਹ ਜਿਹੜੀਆਂ ਟੂਮਾਂ ਸੀ ਨਾ ਮੇਰੇ ਕੋਲ ਉਹ ਇੱਕ ਖਾਦਮ ਦੀ ਉਹ ਕੀ ਨਾ ਬਾਸ ਨੀ ਮੁੰਡਾ ਇਹਦੀਆਂ ਦੋਵੇਂ ਫੁੱਫੀਆਂ ਸਨ ਇੱਕ ਇਹੋ ਜਿਹੜੀ ਖਾਦਮ ਦੀ ਮਾਂ ਨੇ ਕੀਤੀ ਸੀ ਪਿਓ ਨੇ ਉਹ ਸੀ ਨਾਲ ਇੱਕ ਹੋਰ ਸੀ ਮੁੰਡਾ ਸਾਡੇ ਪਿੰਡ ਦਾ ਹੀ ਰਾਜ ਮੁੰਡਾ ਉਹ ਸੀ ਨਾਲ ਇਹ ਫਿਰ ਜਿਹੜੀਆਂ ਟੂਮਾਂ ਸੀ ਨਾ ਕਿਸੇ ਦਾ ਤਲਾਈ ਲਿਆ ਕੇ ਨਾ ਕਪੜਾ ਲੈ ਕੇ ਵਿੱਚ ਬੰਨ ਲਈਆਂ ਨਹੀਂ ਉਹ ਉਹ ਜਿਹੜੀਆਂ ਟੂਮਾਂ ਸਨ ਮਤਲਬ ਕਿ ਕਿਉਂਕਿ 9-10 ਸਾਲ ਉਮਰ ਸੀ ਤੁਹਾਡੀ ਉਹ ਟੂਮਾਂ ਤੁਹਾਡੀ ਮਾਂ ਨੇ ਤੁਹਾਡੇ ਹੱਥ ਫੜਾਈਆਂ ਕਿ ਤੂੰ ਫੜ ਮੈਂ ਰਸੂਲਾਂ ਨੂੰ ਲੈ ਆਵਾਂ ਮੈਂ ਰਹੀ ਨਾ ਉੱਥੇ ਵਿੱਚ ਅੱਛਾ ਤੁਸੀਂ ਉਹ ਡੁੱਲ ਗਏ ਲੰਘ ਗਏ ਅੱਛਾ ਉਹ ਤੇ ਵਿਚਾਰੇ ਫਿਰ ਦਿਨ ਚੜੇ ਤੇ ਮਾਰ ਛੜੇ ਸਾਰੇ ਹਾਂ ਉਹ ਫਿਰ ਅਸੀਂ ਆਏ ਹਾਂ ਇੱਧਰ ਨੂੰ ਲੰਗਰ ਨੂੰ ਅੱਛਾ ਆਪਣੀ ਭੈਣ ਕੋਲ ਟੁਰ ਚੱਲਿਆ ਦੂਰ ਜਾ ਕੇ ਅੱਗੇ ਆਏ ਤਾਂ ਉਧਰੋਂ ਦੁਨੀਆ ਲੋਕ ਡੰਗਰਾਂ ਦੇ ਲੱਦੇ ਦਾਣਾ ਫੱਕਾ ਰਜਾਈਆਂ ਰਜੂਈਆਂ ਫਿਰ ਐਤਰੇ ਊਠ ਆਠ ਉਹ ਤਵੀ ਜੇ ਨੰਗੀ ਨਾ ਉੱਥੇ ਇੱਕ ਗੁੱਜਰ ਸਨ ਘਰੇ ਕੌਣ ਸੀ ਗੁੱਜਰ ਹੀ ਹੋਣੇ ਨਾ ਉਹ ਛਲੀਆਂ ਕੇੜਨ ਪਏ ਆਖਦੇ ਤੁਸੀਂ ਕਿੱਥੋਂ ਆਏ ਆਖਿਆ ਅਸੀਂ ਇੱਧਰੋਂ ਆਇਆ ਕਹਿੰਦਾ ਜੰਗ ਲੱਗਾ ਤੇ ਤੁਸੀਂ ਛਲੀਆਂ ਕੇੜਦੇ ਸਾਨੂੰ ਹੀ ਲੱਗੀ ਭੁੱਖ ਅੱਛਾ ਤਾਂ ਅਸੀਂ ਰੋਈਏ ਪਰ ਸਾਨੂੰ ਰੋਟੀ ਲੱਭੇ ਕਿਤੋਂ ਰਾਤ ਦੀ ਦਿਨ ਮੈਂ ਤਾਂ ਖਾਧੀ ਉਹ ਫਿਰ ਉਹਨਾਂ ਸਾਨੂੰ ਖਰੇ ਖੀਰ ਹੀ ਚਾੜੀ ਕੇ ਕੀ ਹੀ ਚਾੜਿਆ ਫਿਰ ਸਾਨੂੰ ਉਹਨਾਂ ਥੋੜ੍ਹੀ ਥੋੜ੍ਹੀ ਦਿੱਤੀ ਅੱਛਾ ਫਿਰ ਅਸੀਂ ਤਵੀ ਚੱਪ ਤਵੀ ਦੇ ਨਾਲ ਜਿੱਥੇ ਉਹ ਰਹਿੰਦਾ ਸੀ ਇਕੱਲਾ ਘਰ ਹੀ ਨਾ ਤਵੀ ਸੀ ਉਹ ਤਵੀ ਟੱਪ ਕੇ ਗਏ ਤੇ ਇੱਧਰ ਦੁਨੀਆ ਹੀ ਬੜੀ ਆਉਂਦੀ ਬਈ ਓਹੋ ਆਹੋ ਜੰਮੂ ਵੱਲੋਂ ਅੱਛਾ ਅੱਛਾ ਜੰਮੂ ਵੱਲੋਂ ਬਜਵਾਤ ਇੱਧਰ ਹੋਈ ਨਾ ਅੱਛਾ 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 ਉਦੋਂ ਦੁਨੀਆ ਬੜੀ ਆਉਂਦੀ ਬਈ ਹਾਂ ਅਸੀਂ ਉਹਨਾਂ ਦੇ ਨਾਲ ਰਲ ਗਏ ਹਾਂ ਉਹ ਪੋਲੀ ਸੀ ਬੜਾ ਵੱਡਾ ਤਵੀ ਦਾ ਅੱਛਾ ਤੂੰ ਉਧਰ ਖਲੋਤਾ ਨਾ ਦੂਜਾ ਇੱਧਰ ਖਲੋਤਾ ਹੁਣ ਉਹ ਡੰਡੇ ਛੋਟੇ ਕੋਈ ਕੁਹਾੜੀ ਕੁਹੜੀ ਜਿਹਦੇ ਕਿਸੇ ਕੋਲ ਹੈ ਅੱਛਾ ਉਹਨ ਇੱਧਰ ਧਰ ਲੈਣੀ ਅੱਛਾ ਜਿਹੜਾ ਉਧਰ ਖਲੋਤਾ ਹੀ ਉਹਨੇ ਉਧਰ ਫੜ ਲੈਣੀ ਨਗਾਈ ਜਾਣਾ ਸਾਨੂੰ ਠੀਕ ਹੈ ਫਿਰ ਆਖਣਾ ਚਲੋ ਤੁਹਾਨੂੰ ਨਹੀਂ ਇੱਥੇ ਜਦੋਂ ਤੁਸੀਂ ਤਵੀ ਦੇ ਪੁੱਲ ਆਪਣਾ ਪਾਰ ਕੀਤਾ ਕਰਨ ਲੱਗੇ ਹੋ ਉਸ ਵੇਲੇ ਤੁਹਾਡੀ ਮਾਈ ਤੁਹਾਡੇ ਨਾਲ ਕੋਈ ਨਹੀਂ ਸੀ ਨਾ ਤੁਹਾਡਾ ਭਾਈ ਨਾ ਤੁਹਾਡਾ ਅੱਬੂ ਅੱਬੂ ਇਹ ਦੋ ਜਣੀਆਂ ਸੀ ਅੱਬਾ ਵੀ ਤੁਹਾਡਾ ਉਸੇ ਦੌਰਾਨ ਹੀ ਮਾਰਿਆ ਗਿਆ ਅੱਬਾ ਤੇ ਪਿੰਡ ਹੀ ਰਹੇ ਨੇ ਉੱਥੇ ਹੀ ਉਹ ਆਪਣਾ ਉਹ ਬਾਅਦ ਚ ਆਇਆ ਨਾ ਸਾਡੇ ਖੋਜਪੁਰੀ ਦੇ ਉਹ ਜੋ ਉੱਥੇ ਡੰਗਰ ਬੱਚਾ ਤੇ ਉੱਥੇ ਹਾਂ ਅੱਛਾ ਅੱਛਾ ਸਾਨੂੰ ਉਹ ਛੱਡ ਗਏ ਡੰਡੇ ਛੋਟੇ ਖੋਲੇ ਲੋਕਾਂ ਕੋਲੋਂ ਜੋ ਡੰਡੇ ਛੋਟੇ ਖੋਲੇ ਉਹ ਟੂਮਾ ਜਿਹੜੀਆਂ ਮੈਨੂੰ ਕਦੇ ਮਿਲਦੀ ਨਹੀਂ ਫੜਾ ਲੈਣੀਆਂ ਕਦੇ ਆਪੇ ਫੜ ਲੈਣੀਆਂ ਕਦੇ ਅੱਛਾ ਮੈਂ ਵੀ ਨਿਆਣੀ ਸੀ ਹਾਂ ਹਾਂ ਉਹ ਫਿਰ ਅਸੀਂ ਆਏ ਆਖਣਾ ਚਲੋ ਤੁਹਾਨੂੰ ਉਹ ਕੰਪ ਜਬਾ ਲਈ ਉਸ ਕੰਪ ਜਬਾ ਲਿਆ ਨਾ ਸਾਨੂੰ ਉਰਲੇ ਚ ਪਹਿਲਾਂ ਉੱਥੇ ਆ ਵੀ ਰਹੇ ਤੇਰੇ ਤਾਏ ਚਾਚੇ ਜੀ ਅੱਛਾ ਆਖਣਗੇ ਨਹੀਂ ਤੁਸੀਂ ਅਗਲੇ ਚ ਚੱਲੋ ਅਸੀਂ ਅਗਲੇ ਚ ਗਏ ਤੇ ਇਹ ਉਰਲੇ ਚ ਰਹੇ ਸਾ ਅੱਛਾ ਹੈ ਇਹ ਵੀ ਮਰੇ ਜੇ ਸਹੀ ਸਲਾਮਤ ਕੋਈ ਲੰਘ ਆਏ ਚੋਰੀ ਚਾਰੀ ਇਹ ਰਾਤ ਵੀ ਕਿਤੇ ਨਿਕਲ ਕੇ ਆ ਗਏ ਹੋਣੇ ਨਾ ਹਾਂਜੀ ਹਾਂਜੀ ਸਾਡੇ ਤਰੇ ਰਹੇ ਬੈਠੇ ਉੱਥੇ ਆਹੋ ਮੇਰਾ ਪਿਓ ਵੀ ਉੱਥੇ ਆ ਗਿਆ ਅੱਛਾ ਕਾਕੂ ਦਾ ਅੱਬਾ ਵੀ ਉੱਥੇ ਆ ਗਿਆ ਅੱਛਾ ਇਹਨਾਂ ਦਾ ਜਿਹੜਾ ਬੰਨ ਵਾਲਿਆਂ ਦਾ ਸੀ ਰਸ਼ੀਦ ਦਾ ਪਿਓ ਉਹ ਵੀ ਉੱਥੇ ਆ ਗਿਆ ਉਹ ਕੈਂਪ ਚ ਆਹੋ ਉਸੇ ਕੈਂਪ ਚ ਉਹ ਜਗ੍ਹਾ ਦੱਸ ਸਕਦੇ ਹੋ ਕਿੱਥੇ ਲੱਗਾ ਸੀ ਕੈਂਪ ਉਹ ਮੀਰਾ ਸਾਹਿਬ ਮੀਰਾ ਸਾਹਿਬ ਕੈਂਪ ਲੱਗਾ ਸੀ ਅੱਛਾ ਅੱਛਾ ਮੀਰਾ ਸਾਹਿਬ ਲੱਗਾ ਸੀ ਫਿਰ ਭੈਣ ਸਾਡੀ ਜਿਹੜੀ ਅਸੀਂ ਆਉਂਦੇ ਉਹਦੇ ਕੋਲ ਰਹਾਂਗੇ ਉਹਦੇ ਤਰੇ ਮੁੰਡੇ ਸਾਡੇ ਦੇ ਸੋਹਣੇ ਅੱਛਾ ਬੰਦਾ ਉਹਦਾ ਵੀ ਨਾਲ ਸਾਡੀ ਫੁੱਫੀ ਵੀ ਨਾਲ ਉੱਥੇ ਕੁੜੀ ਦਿੱਤੀ ਅੱਛਾ ਉਹਦੇ ਬੰਦੇ ਨਾਲ ਸਾਈ ਸੀ ਅੱਛਾ ਤੇ ਭੈਣ ਸਾਡੀ ਨਾਲ ਅਛਮੀ ਸੀ ਅੱਛਾ ਤੇ ਦੂਜੀ ਸਾਡੀ ਫੁੱਫੀ ਉਹਦੇ ਨਾਲ ਸਾਵਾ ਸਾਵਾ ਆਖਦੇ ਅੱਛਾ ਉਹ ਫਿਰ ਉੱਥੇ ਰਹੇ ਅਸੀਂ 15 ਦਿਨ ਜਿੰਨੇ ਦਿਨ ਉਹਨਾਂ ਕੋਲ ਮੀਰਾ ਸਾਹਿਬ ਹਾਂ ਮੀਰਾ ਸਾਹਿਬ ਅੱਛਾ ਇਹ ਸਤਵਾਰੀ ਸਨ ਤੁਹਾਡੇ ਜੀ ਅੱਛਾ ਅਸੀਂ ਮੀਰਾ ਸਾਹਿਬ ਠੀਕ ਹੈ ਫਿਰ ਜਿਹੜੇ 15 ਦਾ ਰਹੇ ਨਾ ਜੇ ਪਹਿਲਾਂ ਲੋਕਾਂ ਕੋਲ ਹੈ ਨਾ ਦਾਣਾ ਫੱਕਾ ਖਾਂਦੇ ਰਹੇ ਫਿਰ ਜਿਵੇਂ ਲੋਕਾਂ ਟਾਲੀਆਂ ਦੇ ਪੱਤਰ ਬੋਲ ਬੋਲ ਗਏ ਬਸਾਰਾਂ ਦੇ ਪਾਣੀ ਬਣਾ ਬਣਾ ਕੇ ਬੁਰਾ ਹਾਲ ਕੱਢਿਆ ਫਿਰ ਉਹ ਬੇਲਦਾਰ ਸੀ ਨਾ ਜਿਹੜੇ ਉੱਤਰੇ ਛਪਾਈ ਉਹਨਾਂ ਨੇ ਫਿਰ ਗੋਲੀ ਛੱਡ ਦਿੱਤੀ ਕੰਪ 'ਚ ਮੀਰਾ ਸਾਹਿਬ ਜਿਹੜੀ ਗੋਲੀ ਬੜੀ ਜਾਂਦੇ ਨੇ ਮਾਰ ਧਾੜ ਹੋਈ ਸੀ ਉੱਥੇ ਫਿਰ ਗੋਲੀ ਮਾਰੀ ਉਹਨਾਂ ਨੇ ਅੱਛਾ ਫਿਰ ਜਿਹੜੇ ਬੇਲਦਾਰ ਸੀ ਨਾ ਫਿਰ ਗੱਡੀ ਲੈਣੀ ਸੀ ਕੋਲ ਇੱਧਰ ਛਰਕੀ ਸੀ ਲੈਂਦੀ ਬਾਈ ਤੇ ਚੜ ਜਾਂਦੀ ਬਾਈ ਗੱਡੀ ਦੇ ਲੈਣੀ ਅੱਛਾ ਫਿਰ ਉਹਨਾਂ ਪੱਥਰ ਮਾਰੇ ਨਾ ਉਹਨਾਂ ਨੂੰ ਫੌਜ ਨੂੰ ਅੱਛਾ ਲੋਕਾਂ ਨੇ ਫਿਰ ਨੱਸੇ ਨਾ ਫਿਰ ਟੁਰ ਗਏ ਨਾ ਫਿਰ ਆਖਾਂਗੇ ਜਿਹੜੇ ਵਿੱਚ ਬੰਦੇ ਮਰੇ ਨਾ ਇਹਨਾਂ ਨੂੰ ਕੱਢੋ ਬਾਹਰ ਅੱਛਾ ਫਿਰ ਚਾਦਰਾਂ 'ਚ ਪਾ ਪਾ ਕੇ ਨਾ ਲੋਕਾਂ ਨੇ
ਫਿਰ ਉਹ ਬਾਹਰ ਕੱਢੇ ਨੇ ਬਹੁਤ ਛੁੱਟ ਪੈਣੀ ਫਿਰ ਉਹ ਕਹਿੰਦੇ ਟੋਇਆਂ ਚ ਵਿਚਾਰੇ ਸੁੱਟੀ ਹੋਣੀ ਸਾਡਾ ਜੋ ਉੱਥੇ ਕੋਈ ਨੀ ਮਰਿਆ ਅੱਛਾ ਜਿਹੜੇ ਗਏ ਸਨ ਆਏ ਸਾਡੇ ਤੁਸੀਂ ਤੇ ਪਿੱਛੇ ਹੀ ਆਪਣਾ ਘੁਆਏ ਜੀ ਅੱਦੇ ਹਾਂ ਉਹ ਤਾਂ ਪਿੱਛੇ ਵਿਚਾਰੇ ਮਰ ਗਏ ਅੱਛਾ ਇਹ ਫਿਰ ਜਿੱਦਣ ਠਵਾਲਿਆ ਨਾ ਉੱਥੋਂ ਮੀਰਾ ਸਾਹਿਬ ਅੱਛਾ ਆਖਣਾ ਚਲੋ ਸਾਨੂੰ ਪਾਕਿਸਤਾਨ ਦੀ ਕੱਲੀ ਅੱਛਾ ਹੁਣ ਇੱਥੋਂ ਜਾਣਾ ਹੈ ਪਠਾਣੀ ਨੂੰ ਸਿੱਧੇ ਟੁਰ ਜਾਂਦੇ ਹਾਂ ਅੱਛਾ ਤੇ ਜੇ ਜਾਣਾ ਹੈ ਭਾਗਵਾਲ ਜੀ ਤਾਂ ਫਿਰ ਤਾਂ ਬੜਾ ਹੀ ਪੈਣਾ ਇਹਨਾਂ ਫਿਰ ਉਹ ਨਹਿਰ ਦੇ ਕੰਢੇ ਕੰਢੇ ਲੋਕਾਂ ਨੂੰ ਵਾੜਿਆ ਇੱਧਰ ਮੁੰਜੀ ਸੀ ਇੱਧਰ ਨਹਿਰ ਜੀ ਪਟੜੀ ਫਿਰ ਲੱਗੇ ਨਾ ਮਾਰਨ ਉੱਥੇ ਅੱਛਾ ਫਿਰ ਕੁਹਾੜੀਆਂ ਨਾਲ ਟੋਕੀਆਂ ਨਾਲ ਬੱਚੇ ਨਹਿਰ 'ਤੇ ਸੁੱਟਣੇ ਅੱਛਾ ਜੇ ਬੁੱਢੀਆਂ ਬੰਦਿਆਂ ਨਾਲ ਡਰਦੀਆਂ ਵੀ ਬੁੱਢੀ ਫੜ ਲੈਣੀ ਉਹਨਾਂ ਨਹਿਰ 'ਤੇ ਸੁੱਟ ਛੱਡਣੀ ਫਿਰ ਅੰਜ ਬੱਚਿਆਂ ਦੇ ਅੰਜ ਬਲਮਾ ਮਾਰਦੇ ਉਹ ਫਿਰ ਟੂਮਾ ਮਿਆਣ ਗਏ ਆਪਣੇ ਭਰਾ ਨੇ ਦਿੱਤੀਆਂ ਇੱਥੇ ਕੱਪ 'ਚ ਪੈਸੇ ਥੋੜੇ ਜੇ ਲੋਚ ਹੁੰਦਾ ਨਾ ਜੰਗ ਉਹ ਪਿੱਛੇ ਬੰਨ ਲਿਆ ਅੱਛਾ ਮੇਰਾ ਜੀ ਨੀ ਰਿਹਾ ਮੈਂ ਟੂਮਾ ਨੂੰ ਕੀ ਕਰਨਾ ਸੁੱਟ ਚੜੀਆਂ ਕਿਸੇ ਨੇ ਲੈ ਲਿਆ ਫਿਰ ਉੱਥੋਂ ਸਾਨੂੰ ਦਿਨ ਥੋੜਾ ਜਿਹਾ ਰਹਿ ਗਿਆ ਲਿਸ਼ਕ ਮਿਸ਼ਕ ਜਿਹੜੇ ਮਾਰ ਮੂਰ ਕੇ ਟੁਰ ਗਏ ਨਾ ਲੋਕ ਕੋਈ ਰਹਿ ਗਿਆ ਮਾੜਾ ਧੋੜਾ ਅੱਛਾ ਉਹ ਜਿਹਦੇ ਥੋੜਾ ਦਿਨ ਰਹਿ ਗਿਆ ਤੇ ਇੱਕ ਚਿੱਟੀ ਘੋੜੀ ਵਾਲਾ ਅੱਛਾ ਉਹ ਦੇਖਿਆ ਕੋਈ ਬੁੱਢੀ ਜਵਾਨ ਕੋਈ ਕੁੜੀ ਜਵਾਨ ਲੈ ਜਾਂਦਾ ਮੈਂ ਤੇ ਹੈ ਕੋਈ ਬੁੱਢੀਆਂ ਮਾੜੀਆਂ ਕੋਈ ਠੋਕੇ ਵੱਜੇ ਕੋਈ 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 ਬੱਚੀਆਂ ਨੀਚੇ ਨੀਚੇ ਉਹਨਾਂ ਆਖਣਾ ਅੱਗੇ ਉਹ ਜਿਹੜਾ ਪਿੰਡ ਨਾ ਉੱਥੇ ਤੁਹਾਨੂੰ ਪੁਲਿਸ ਪੈ ਜਾਣੀ ਹੈ ਫਿਰ ਫੌਜ ਮਾਰਨ ਵਾਲੇ ਅੱਛਾ ਉਹ ਚਿੱਟੀ ਘੋੜੀ ਵਾਲਾ ਬੰਦਾ ਕਹਿਣ ਲੱਗਾ ਕਹਿਣ ਲੱਗਾ ਪਹਿਲਾਂ ਤੇ ਉਹਦੀ ਮਰਜ਼ੀ ਵੀ ਕੋਈ ਬੁੱਢੀ ਲੱਭਦੀ ਫੜ ਲੈਂਦਾ ਉਦੋਂ ਤੱਕ ਤੁਸੀਂ ਕਿੱਥੇ ਪਹੁੰਚ ਗਏ ਹੋ ਅਸੀਂ ਕਾਲੇ ਸਾਹਿਬ ਕਾਲੇ ਸਾਹਿਬ ਉੱਥੇ ਮਾਰੇ ਲੋਕਾਂ ਨੂੰ ਕਾਲੇ ਸਾਹਿਬ ਮਾਰੇ ਉਹ ਤੇ ਮੀਰਾ ਸਾਹਿਬ ਹੀ ਹੋਇਆ ਨਾ ਹਮਲਾ ਨਹੀਂ ਮੀਰਾ ਸਾਹਿਬ ਦੇ ਪਿਛਲਾ ਰਹਿ ਗਿਆ ਨਾ ਉਹ ਪਿੱਛੇ ਰਹਿ ਗਿਆ ਫਿਰ ਉਸ ਤੋਂ ਬਾਅਦ ਅੱਗੇ ਕਾਲੇ ਸਾਹਿਬ ਆਇਆ ਕਾਲੇ ਸਾਹਿਬ ਫਿਰ ਉੱਥੇ ਦੁਨੀਆ ਮਾਰੀ ਹੈ ਲੋਕਾਂ ਨੇ ਉਹ ਕਾਲੇ ਸਾਹਿਬ ਜਿਹੜਾ ਵੇ ਉਹ ਵੀ ਇੰਡੀਆ 'ਚ ਹੀ ਆ ਸਿਰ ਜੰਮੂ 'ਚ ਆਂਦਾ ਅੱਛਾ ਅੱਛਾ ਉੱਥੇ ਫੇਰ ਹੱਲਾ ਬੋਲਿਆ ਉੱਥੇ ਫੇਰ ਮਾਰੀ ਜਿੱਥੇ ਤੋਂ ਜਿਹੜੀਆਂ ਤੁਸੀਂ ਟੂਮਾ ਇੰਨੀ ਚਿਰ ਤੋਂ ਚੁੱਕੀ ਰੱਖੀਆਂ ਸਾਂਭੀ ਰੱਖੀਆਂ ਉੱਥੇ ਆ ਕੇ ਟੂਮਾ ਵੀ ਖੁੱਸ ਗਈਆਂ ਹਾਂ ਉਹ ਥੋੜੀ ਜਿਹੀ ਉਹ ਕਿਸੇ ਲੱਭ ਗਈ ਅੱਛਾ ਉਹ ਚਿੱਟੀ ਘੋੜੀ ਵਾਲੇ ਨੇ ਕਿਹਾ ਕਿ ਭਾਈ ਇੱਥੇ ਫੇਰ ਕੰਮ ਖਰਾਬ ਹੋਣਾ ਅੱਛਾ ਉੱਥੇ ਬੜਾ ਮਾਰਿਆ ਗਾ ਤੇ ਅੱਗੇ ਇੱਕ ਪਿੰਡ ਸੀ ਨਾ ਨਿੱਕਾ ਜਿਹਾ ਨਾਲ ਸਾਰੇ ਅਸੀਂ ਉੱਥੇ ਬੈਠੇ ਹੋਣੇ ਤੁਹਾਨੂੰ ਫਿਰ ਮਾਰਨ ਕੁੱਟ ਗਏ ਬੱਚੀਆਂ ਨੇ ਨਿਆਣੀਆਂ ਨੇ ਕੋਈ ਮੋਹ